तुसी देख रहे हो दैनिक सवेरा टीवी ते मैं पुनीत पाटिया। अज असी पहुंचे हाँ जलंधर दी मकसूददास सब्जी मंडी दे विच, जिथे तुसी देख सकते हो सब्जी मंडी दा हाल, जिथे एक टाइम ते बहुत ज़्यादा रौनकां हुंदियां सी, लोकां दी वादू आवाजाई हुंदी सी, पर अज इत्थे जो सब्जी मंडी दा तुसी हाल देख सकते हो कि लोकां दी आवाजाई बिल्कुल नहीं है। फड़ियां जो इत्थे लगियां गईयां ने सब्जी दियां ਉਹ ਕਿਉਂ ਬੰਦ ਨੇ, ਇਸ ਦਾ ਕਾਰਨ ਅਸੀਂ ਜਾਣਦੇ ਹਾਂ। ਇੱਥੇ ਦੇ ਮੌਜੂਦ ਜੋ ਫੜੀਆਂ ਲਗਾ ਕੇ ਬੈਠੇ ਜੋ ਸਬਜ਼ੀ ਵਾਲੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਪੁੱਛਦੇ ਹਾਂ ਕਾਰਨ ਕਿ ਸਬਜ਼ੀ ਮੰਡੀ ਦਾ ਇਹ ਹਾਲ ਕਿਉਂ ਹੈ। ਫੜੀ ਤੁਸੀਂ ਲਗਾਈ ਹੈ ਇੱਥੇ, ਨਵੇਂ ਪੁਰਾਣੇ ਫੜ ਤੋਂ ਨਵਾਂ ਫੜ ਤੁਸੀਂ ਟ੍ਰਾਂਸਫਰ ਕੀਤਾ ਹੈ ਨਾ, ਅਤੇ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ? ਮੁਸ਼ਕਲਾਂ ਮੈਡਮ ਬੈਕ ਸਾਈਡ 'ਤੇ ਨਾ ਫੜੀਆਂ ਲੱਗ ਰਹੀਆਂ, ਉਹ ਨਹੀਂ ਐਂ ਲੱਗਦੀਆਂ ਪਈਆਂ। ਅਸੀਂ ਕਿਰਾਇਆ ਦੇ ਰਹੇ ਹਾਂ 100 ਰੁਪਏ ਰੋਜ਼ ਦਾ, 120 ਰੁਪਏ ਰੋਜ਼ ਦਾ, ਉਹ ਫਰੀ ਬੈਠੇ ਆ। ਉਹ ਰਾਤੀ ਉਹ ਸਵੇਰੇ 8 ਵਜੇ, ਸਵੇਰੇ 5 ਵਜੇ ਜਾਂਦੇ, 8 ਵਜੇ ਘਰ ਚਲੇ ਜਾਂਦੇ। ਅਸੀਂ ਸਾਰੀ ਦਿਹਾੜੀ ਇੱਥੇ ਜਪਦੇ ਰਹਿੰਦੇ ਪੈਸੇ ਦੇ ਕੇ ਵੀ, ਬਸ ਆਹ ਗੱਲ ਹੈ। ਕਿੰਨੇ ਕੁ ਕਸਟਮਰ ਆ ਜਾਂਦੇ ਆ ਇੱਥੇ ਤੁਹਾਨੂੰ, ਜਾਂ ਫਿਰ ਕਿੰਨੀ ਕੁ ਕਮਾਈ ਹੋ ਜਾਂਦੀ ਨਵੀਂ ਫੜ 'ਤੇ, ਔਰ ਕੀ ਡਿਫਰੈਂਸ ਕੀ ਹੈ, ਕੀ ਮਤਲਬ ਕੀ ਲੱਗਦਾ ਕਿ ਇੱਥੇ ਜੋ ਤੁਸੀਂ ਨਵੀਂ ਜਗ੍ਹਾ ਟ੍ਰਾਂਸਫਰ ਕੀਤੀ ਹੈ ਕਿ ਕਿੰਨਾ ਕੁ ਕੰਮ ਚੱਲੇਗਾ ਔਰ ਕਿੰਨਾ ਕੁ ਨਹੀਂ, ਕਿੰਨਾ ਕੁ ਲੱਗਦਾ? ਕੰਮ ਦਾ ਤਾਂ ਕਾਫੀ ਫਰਕ ਪਿਆ ਮੈਡਮ, ਰੁਪਈਏ 50 ਪੈਸੇ ਇੱਥੇ ਫਰਕ ਪਿਆ ਸਾਨੂੰ, ਉਧਰ ਫੜੀਆਂ ਲੱਗਣ। ਕਿੰਨੇ ਕੁ ਗਾਹਕੀ ਆ ਜਾਂਦੀ ਹੈ? ਗਾਹਕ ਆ ਜਾਂਦੇ 50% ਉਧਰ, 50% ਉਧਰ, ਗਾਹਕ ਵੰਡਿਆ ਆ ਬਸ। ਮੇਨ ਗਾਹਕ ਜ਼ਿਆਦਾ ਉਧਰ ਹੈ, ਇੱਧਰ ਘੱਟ ਆਉਂਦਾ। ਜਿਹਨੂੰ ਚੀਜ਼ ਨਾ ਉਧਰ ਲੱਭੇ ਫਿਰ ਇੱਧਰ ਆਉਂਦਾ ਸਾਡੇ ਕੋਲ ਗਾਹਕ ਪਰਚੂਨ ਵਾਲਾ। ਕੀ ਅਪੀਲ ਕਰਦੇ ਹੋ? ਅਪੀਲ ਕੀ ਹੈ? ਫੜੀਆਂ ਸਾਰੀਆਂ ਉਧਰੋਂ ਚੁੱਕੇ ਕੇ ਇੱਧਰ ਆਈਆਂ ਜਾਣ ਬਸ। ਤੇ ਕਿੰਨਾ ਦਿੰਦੇ ਹੋ ਸਰਕਾਰ ਫੀਸ ਨੂੰ? ਫੀਸ ਵੀ ਲੈਂਦੀ ਹੈ ਸਰਕਾਰ ਨੂੰ? 100 ਰੁਪਏ ਰੋਜ਼ ਦਾ ਕਿਰਾਇਆ ਜੀ, ਰੋਜ਼ ਦਾ 100 ਰੁਪਏ। ਹਾਂਜੀ। ਪੁਰਾਣੀ ਫੜੀ ਤੋਂ ਨਵੀਂ ਫੜੀ ਤੁਸੀਂ ਸ਼ਿਫਟ ਕੀਤੀ ਹੈ, ਕੀ ਕੀ ਫਰਕ ਲੱਗ ਰਿਹਾ, ਕੀ ਕਹਿਣਾ ਚਾਹੁੰਦੇ ਹੋ? ਫਰਕ ਤਾਂ ਬਹੁਤ ਹੈ ਜੀ, ਉਧਰ ਲੱਗਤਾ 250-300 ਬੰਦਾ, 250-300 ਬੰਦਾ ਲੱਗਤਾ ਹੈ। ਇਧਰ ਜੋ ਹੈ ਨਾ 12 ਵਜੇ ਕਿਸੇ ਕਾ ਬੋਨੀ 12 ਵਜੇ ਹੋਤਾ, ਕਿਸੇ ਕਾ 10 ਵਜੇ ਹੋਤਾ, ਕਿਸੇ ਕਾ 11 ਵਜੇ ਬੋਨੀ ਬਟਾ ਹੋਤਾ ਹੈ। ਕਾਮ ਰੋਜ਼ਗਾਰ ਬਿਲਕੁਲ ਹੀ ਖਤਮ ਹੋ ਗਿਆ ਹੈ, ਬਿਲਕੁਲ ਬੁਰਾ ਹਾਲ ਹੈ, ਖਾਣੇ ਕੋ ਪੈਸਾ ਨਹੀਂ ਪੁਰਤਾ ਹੈ, ਇਹ ਸਥਿਤੀ ਹੋ ਗਿਆ ਹੈ। ਇਸ ਲਈ ਹੜਤਾਲ ਹੁਆ ਥਾ ਅੱਜ, ਹਾਂ ਇਸੀ ਯਹੀ ਵਜ੍ਹਾ ਹੈ। ਜੋ ਵਜ੍ਹਾ ਕੀ ਮੰਗ ਕੀ ਕਰਦੇ ਹੋ? ਹਾਂਜੀ, ਕਿਆ ਅਪੀਲ ਕਰਤੇ ਹੋ ਸਰਕਾਰ ਸੇ? सरकार से अपील है कि हम सबका उधर जो 250-300 बंदा जो है ना लगता है ना, तो उसको जो है मैंने इधर होना चाहिए, सारा बंदे को इधर फिट करे। जो मैंने किराया भाड़ा ज़्यादा लेता है, 3000 का महीना लेता है, महीना 3000, हाँ वो किराया कम होना चाहिए। हाँ जी, ਗੱਲਬਾਤ ਕਰਾਂਗੇ ਇਸ ਵਿਸ਼ੇ ਨੂੰ ਲੈ ਕੇ ਮੁਕੇਸ਼ ਕੁਮਾਰ ਕਹਿਲੇ ਨਾਲ, ਜੋ ਕਿ ਮੰਡੀ ਅਫਸਰ ਨੇ। ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ 'ਤੇ। ਥੈਂਕ ਯੂ। ਸਵੇਰੇ ਕਾਫੀ ਭਾਰੀ ਰੋਸ ਕੀਤਾ ਗਿਆ ਫੜੀਆਂ ਵਾਲਿਆਂ ਵੱਲੋਂ, ਕੀ ਕਹੋਗੇ ਔਰ ਇਹ ਰੋਸ ਕਿਸ ਚੀਜ਼ ਨੂੰ ਲੈ ਕੇ ਸੀ? ਮੈਡਮ ਐਕਚੁਲੀ ਪਿਛਲੀ ਸਰਕਾਰ ਨੇ ਨਾ 1 ਸਤੰਬਰ ਤੋਂ ਲੈ ਕੇ 31 ਮਾਰਚ ਤੱਕ ਜਿਹੜਾ ਸੀਗਾ ਯੂਜ਼ਰ ਚਾਰਜ, ਜਿਹੜਾ ਫੜੀਆਂ ਤੋਂ ਆਪਾਂ ਕਲੈਕਟ ਕਰਦੇ ਹਾਂ, ਉਹ ਬੰਦ ਕਰ ਦਿੱਤਾ ਸੀ। ਅਤੇ ਹੁਣ ਜਿਹੜੀ ਨਵਾਂ ਫਾਈਨੈਂਸ਼ੀਅਲ ਜੀ ਸਟਾਰਟ ਹੋਇਆ 1 ਅਪ੍ਰੈਲ ਤੋਂ, ਅਸੀਂ ਉਹ ਦੁਬਾਰਾ ਕਲੈਕਟ ਕਰ ਰਹੇ ਹਾਂ। ਉਹਦੇ ਹੀ ਉਸ ਦੇ ਵਜੋਂ ਕਹਿ ਰਹੇ ਸੀ ਵੀ ਅਸੀਂ ਇਹ ਯੂਜ਼ਰ ਚਾਰਜ ਨਹੀਂ ਦੇਣਾ, ਉਹਦੇ ਰਿਗਾਰਡਿੰਗ ਹੀ ਸੀ ਜੀ। ਅਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਨਵੀਆਂ ਫੜੀਆਂ ਲਗਾਈਆਂ ਗਈਆਂ ਉੱਥੇ ਜ਼ਿਆਦਾ ਕਸਟਮਰ ਨਹੀਂ ਆ ਰਹੇ ਔਰ ਉਹਨਾਂ ਦਾ ਜੋ ਕਾਰੋਬਾਰ ਹੈ ਕਾਫੀ ਜ਼ਿਆਦਾ ਇਫੈਕਟ ਪੈ ਰਿਹਾ, ਔਰ ਉਹਨਾਂ ਦਾ ਕਹਿਣਾ ਕਿ ਜੋ ਪੁਰਾਣੀਆਂ ਫੜੀਆਂ ਨੇ ਉਹਨਾਂ ਨੂੰ ਪੂਰੀਆਂ ਸ਼ਿਫਟ ਕੀਤੀਆਂ ਜਾਣ ਨਵੀਆਂ ਫੜੀਆਂ ਦੇ ਵਿੱਚ। ਕੀ ਕਹੋਗੇ ਕਿ ਇਹ ਤੁਸੀਂ ਕਰੋਗੇ ਸ਼ਿਫਟ? ਨਹੀਂ ਮੈਡਮ, ਐਕਚੁਲੀ ਉੱਥੇ ਨਾ ਆਲਰੇਡੀ ਸਾਡਾ ਇੱਕ ਰਿਟੇਲ ਮਾਰਕੀਟ ਸ਼ੈੱਡ ਬਣਿਆ ਹੋਇਆ ਆ, ਉੱਥੇ 720 ਫੜੀਆਂ ਸਾਡੀਆਂ ਹੈਗੀਆਂ ਆ। ਜਿਹੜੇ ਮੋਸਟ ਆਫ ਦਾ ਫੜੀ ਵਾਲੇ ਆ ਉਹ ਉੱਥੇ ਕੰਮ ਕਰ ਰਹੇ ਆ, ਕੁਛ 15-20 ਮੇਰੀ ਨੌਲੇਜ ਵਿੱਚ ਆਇਆ ਵੀ ਉਹ ਅੱਗੇ ਹੋਲਸੇਲ ਵਾਲੇ ਫੜ 'ਤੇ ਕੰਮ ਕਰ ਰਹੇ ਆ। ਉਹ ਮੈਂ ਸੈਕਟਰੀ ਸਾਹਿਬ ਨੂੰ, ਸੈਕਟਰੀ ਮਾਰਕ ਕਮੇਟੀ ਨੂੰ ਮੈਂ ਔਡਰ ਕੀਤੇ ਆ ਵੀ ਉਹ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਵੀ ਪਿੱਛੇ ਸ਼ਿਫਟ ਕੀਤਾ ਜਾਵੇ, ਅਤੇ ਜਿਹੜਾ ਰਿਟੇਲ ਦਾ ਸਾਰਾ ਕਾਰੋਬਾਰ ਆ ਪ੍ਰਚੂਨ ਦਾ ਉਹ ਪਿੱਛੇ ਹੋਏਗਾ ਜੀ। ਹਾਂਜੀ। ਅਤੇ ਕਿੰਨਾ ਪੇ ਕਰਦੇ ਨੇ ਫੜੀਆਂ ਵਾਲੇ? ਇਹ ਜੀ 100 ਰੁਪਏ ਡੇਲੀ ਆ, ਅਸੀਂ ਮੰਥਲੀ ਸੀਧ ਕੱਢਦੇ ਹਾਂ 3000 ਪਰ ਮੰਥ ਜੀ। 3000? ਹਾਂਜੀ। ਕੀ ਕਹੋਗੇ ਕਿ ਕਾਰਵਾਈ ਕੀ ਹੋਣੀ ਚਾਹੀਦੀ ਹੈ ਤੁਹਾਡੇ ਅਕੋਰਡਿੰਗ, ਕੀ ਸਟੈਪ ਹੋਣਾ ਚਾਹੀਦਾ ਹੈ ਅਗਲਾ? ਸਾਡੇ ਅੱਜ ਉਹ ਆਪਣੇ ਪ੍ਰਧਾਨ ਸਾਹਿਬ ਨੂੰ ਲੈ ਕੇ ਆਏ ਸੀ, ਅਸੀਂ ਉਹਨਾਂ ਨੂੰ ਸੈਟੀਸਫਾਈ ਕਰਵਾ ਦਿੱਤਾ ਹੈ। ਉਹਦੇ 2 ਜਿਹੜੇ ਰੋਸ ਆ, ਇੱਕ ਤਾਂ ਉਹ ਕਹਿ ਰਿਹਾ ਵੀ ਫੜੀਆਂ ਜਿਹੜੀਆਂ ਅੱਗੇ ਲੱਗ ਰਹੀਆਂ ਹੋਲਸੇਲ ਮਾਰਕੀਟ ਦੇ ਪਿੱਛੇ ਕਰਵਾ ਦਿੱਤੀਆਂ ਜਾਣ, ਉਹ ਅਸੀਂ ਕੱਲ੍ਹ ਤੋਂ ਕਰਾ ਦੇਣੀਆਂ ਹੈ। ਦੂਜਾ ਉਹ ਕਹਿ ਰਿਹਾ ਵੀ ਸੰਡੇ ਦੇ ਵਿੱਚ ਸਾਨੂੰ, ਅਸੀਂ ਆਉਂਦੇ ਨਹੀਂ ਕਿ ਪਰ ਸਾਨੂੰ ਸੰਡੇ ਦੇ ਪੈਸੇ ਦੇਣੇ ਪੈਂਦੇ ਐਤਵਾਰ ਦੇ। ਉਹ ਮੈਂ ਉੱਚ ਅਧਿਕਾਰੀਆਂ ਦੇ ਨੋਟ ਦੇ ਵਿੱਚ ਗੱਲ ਲਿਆ ਦੂੰਗਾ ਵੀ ਜਿੰਨੇ ਵੀ ਮਹੀਨੇ 'ਚ ਐਤਵਾਰ ਆਉਂਦੇ ਆ, ਜੇ ਉਹਨਾਂ ਨੂੰ ਕੋਈ ਛੋਟ ਆਪਾਂ ਦੇ ਸਕਦੇ ਹਾਂ ਤਾਂ ਉਹਦੇ ਸੰਬੰਧੀ ਕਾਰਵਾਈ ਕਰ ਲਈ ਜਾਏਗੀ।
सो तुसी देखिया कि जो इत्थे फड़ियां लगाण वाले ने उन्हां दा कहना है कि पुरानी फड़ी तो उन्होंने नवी फड़ियां जो है जगह ते शिफ्ट जरूर कर लिया, पर इत्थे गाहकां दी कमी है, उन्हां दा रोजगार नहीं वध रहा और ना ही उन्हां नूं ज़्यादा कमाई हो रही है, और उन्हां दी ये अपील है कि जो पुरानी फड़ियां तो सारे लोग अगर इधर शिफ्ट हो जाए तो जो उन्हां दा कारोबार सही तरीके नाल चल सके। और इस नाल उन्हां दा ये भी कहना है कि वो 3,000 प्रति महीना सरकार नूं दे रहे हैं इत्थे दी फीस, फड़ियां लगाउण दी फीस। और इहो जिहा ਹੋਰ ਅਪਡੇਟ ਚੈਨਲ ਲਈ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ। ਕੈਮਰਾਮੈਨ ਦਵਿੰਦਰ ਦੇ ਨਾਲ ਪੁਨੀਤ ਪਾਟਿਆ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94647, 84374 94648।